ਜਿਹੜੀ ਆਲੇ ਨੇ ਵੇਲੇ ਆਣਾ ਹੁਣ ਆ ਵੇਲਾ ਮੇਰੀ ਗੱਲ ਸੁਣ ਪਤਾ ਕੀ ਹੈ ਬਾਈ ਮੱਲੀ ਝੂਠ ਵਾਲੀ ਗੱਲ ਨਹੀਂ ਜਿਹੜਾ ਹੁੰਦਾ ਨਾ ਪਿਆਰ ਅਸਲ ਪਿਆਰ ਜਿਹੜੇ ਅਫਸ਼ਾ ਜ਼ੇਬੀ ਵੈਲਕਮ ਮੈਡਮ ਜੀ ਜਿਹੜਾ ਹੁੰਦਾ ਨਾ ਪਿਆਰ ਅਸਲ ਪਿਆਰ ਜਿਹੜੇ ਪਿਆਰ ਦੇ ਵਿੱਚ ਤੜਪ ਜਲਣ ਬੰਦਾ ਮਰਦਾ ਉਜੜ ਜਾਂਦਾ ਇਹ ਵੋ ਵੱਲਾ ਬਾ ਖੁਦਾ ਮੈਨੂੰ ਅਜੇ ਤੀਕਰਾਂ ਉਹ ਪਿਆਰ ਨਹੀਂ ਹੋਇਆ ਇੰਜੋਇਮੈਂਟ ਐਂਟਰਟੇਨ ਵਾਲੇ ਪਿਆਰ ਤਾਂ ਬੜੇ ਕੀਤੇ ਨੇ ਲੇਕਿਨ ਉਹ ਪਿਆਰ ਨਹੀਂ ਹੋਇਆ ਜਿਹੜਾ ਹਕੀਕੀ ਪਿਆਰ ਬੰਦਾ ਆਉਂਦਾ ਉਹ ਨਹੀਂ ਹੋਇਆ ਮਤਲਬ ਹਕੀਕੀ ਜ਼ਾਤੀ ਨਹੀਂ ਲੱਭੀ ਤੈਨੂੰ ਨਾ ਜੀ ਮੈਂ ਨਹੀਂ ਕੀ ਪਿਆਰ ਕੀਤਾ ਅੱਜ ਤਾਈਂ ਕਿਸੇ ਨਾਲ ਵੈਲ ਡਨ ਉਹ ਹੈ ਹੀ ਨਹੀਂ ਅੱਜ ਕਾਲੇ ਦਾ ਇੰਟਰਵਿਊ ਪਿਆਰ ਦੇ ਵਿੱਚ ਲਿਆ ਜਾਏਗਾ ਕਾਲਾ ਜੀ ਭਾਈ ਜੀ ਨਹੀਂ ਬਿਲਕੁਲ ਇੰਟਰਵਿਊ ਰਹਿਣ ਦਿਓ ਤੁਹਾਡੀ ਮਿਹਰਬਾਨੀ ਮੀਆਂ ਅਮਜਦ ਆਏ ਮੀਆਂ ਅਸਲਾਮ ਅਲੈਕਮ ਸਵਾਰੀ ਲੈਣ ਆਏ ਮੀਆਂ ਕਾਲਾ ਪਤਾ ਮੁਝੇ ਪਾਪਾ ਜੀ ਕੌਣ ਹੈ ਕੀ ਕਹਤੇ ਪਿਆਰ ਨਹੀਂ ਹੋਇਆ ਮੇਰੀ ਜਾਨ ਆਈ ਨੋ ਮੀਆਂ ਵੇਖ ਰਿਹਾ ਬੁਲਾ ਰਿਹਾ ਤੁਹਾਨੂੰ ਥੈਂਕ ਯੂ ਸੋ ਮਚ ਮੀਆਂ ਆਈ ਲਵ ਯੂ ਆਂਦਾ ਵੇ ਆਈ ਲਵ ਯੂ ਟੂ ਲਵ ਯੂ ਮੇਰੀ ਜਾਨ ਮੱਲੀ ਹਾਂ ਪਿਆਰ ਨਹੀਂ ਹੋਇਆ ਲਾਲਾ ਹੋਇਆ ਹੀ ਨਹੀਂ ਕਿਆ ਤੁਮੇ ਫਾਇਕਾ ਸੇ ਕਭੀ ਪਿਆਰ ਹੁਆ ਸੱਚ ਬਤਾਓ ਕਾਲਾ ਜੀ ਹਾਂ ਇਹ ਨੀਚੇ ਮੈਸੇਜ ਆ ਰਹੇ ਹੈ ਫਾਇਕਾ ਕੌਣ ਹੈ ਪੁੱਛੋ ਕਾਲੇ ਸੇ ਮੈਂ ਨਸਲਾਂ ਤੇਰੀਆਂ ਰੋਲ ਦਿਆਂਗਾ ਮੇਰੇ ਕੋਲੋਂ ਥੋੜ੍ਹੀ ਜਿਹੀ ਵੇਖ ਲੈ ਮੇਰੀ ਗੱਲ ਸੁਣੋ ਜਿਹੜੀ ਫੈਕਾ ਇੱਕ ਹੋਸਟ ਹੈ ਯਾਰ ਜੋ ਉਹਦੇ ਨਾਲ ਐਜ਼ ਅ ਚਿਨ ਮਸਤੀ ਹੈ ਸੀ ਬਰੋਡ ਦੇ ਉੱਤੇ ਹੋਸਟ ਨਾਲ ਤਾਂ ਪਿਆਰ ਹੋ ਸਕਦਾ ਹੀ ਨਹੀਂ ਵੱਲਾ ਜ਼ਮੀਰ ਹੀ ਨਹੀਂ ਮੰਨਦਾ ਉਹਦੇ ਨਾਲ ਇੱਕ ਚਿਨ ਮਸਤੀ ਹੈ ਸੀ ਕਿਸੇ ਦੌਰ ਦੇ ਵਿੱਚ ਹੈ ਸੀ ਐ ਸੀ ਹਾਂ ਤੋਂ ਬਾਅਦ ਹੋਸਟਿੰਗ ਛੱਡ ਰਹੀ ਆ ਬਸ ਮੈਂ ਸੋਚ ਲਿੱਤਾ ਹੋਸਟ ਨਾਲ ਪਿਆਰ ਕਿਵੇਂ ਕਰੇ ਗਿਫਟਰ ਕਰੇ ਜਾਂ ਹੋਸਟ ਹੋਸਟ ਕਰੇ ਹੋਸਟ ਹੋਸਟ ਐਜ਼ ਅ ਦੁਸ਼ਮਣ ਹੁੰਦਾ ਹੋਰ ਕੀ ਹੈ ਤੈਨੂੰ ਪਤਾ ਹੋਸਟ ਹੋਸਟ ਦਾ ਦੁਸ਼ਮਣ ਹੁੰਦਾ ਤੇਰੇ ਦਿਲ 'ਚ ਵੀ ਗੱਲ ਆਉਂਦੀ ਹੋਣੀ ਇਨਸ਼ਾਅੱਲਾ ਸਾਰੇ ਮਰ ਜਾਣ ਮੈਂ ਇਕੱਲੀ ਹੋਸਟਿੰਗ ਕਰਾਂ ਅਸੀਂ ਉਹਦੇ ਨਾਲ ਚੰਗੇ ਚੱਲੇ ਸਾਂ ਦਿਲੋਂ ਸਾਫ਼ ਚੱਲੇ ਸਾਂ ਲੇਕਿਨ ਉਹਨੇ ਸਮਝਿਆ ਕਿ ਪਤਾ ਨਹੀਂ ਮੇਰੇ ਵਿੱਚ ਕਿਹੜੀ ਖੁਸ਼ਬੂ ਲੱਗੀ ਹੈ ਚੌਧਰੀ ਬੈਟਮੈਨ ਜਿਹੜੀਆਂ ਡੀਪੀਆਂ ਚੇਂਜ ਕਰ ਕਰਕੇ ਆਉਂਦਾ ਹੀ ਖੁਦਾ ਦੀ ਕਸਮ ਉਹ ਤੇਰੀਆਂ ਫੁਰਤੀਆਂ ਨੂੰ ਸਲਾਮ ਉਹ ਬੈਟਮੈਨ ਹਾਏ ਮਾਹੀ ਕੇਪੀ ਮੈਨੂੰ ਪਿਆਰ ਹੋਇਆ ਜ਼ਿੰਦਗੀ 'ਚ ਗੱਜ ਵੱਜ ਕੇ ਆਂਦਾ ਯਾਰ ਹੋਇਆ ਨਹੀਂ ਹੋਇਆ ਮੈਂ ਕਹਿ ਰਹੀ ਹਾਂ ਐਸਾ ਵੈਸਾ ਟਾਈਮ ਨਹੀਂ ਲੱਭਾ ਅੰਤਾਂ ਦਾ ਪਿਆਰ ਹੋਇਆ ਮੈਨੂੰ ਪਿਆਰ ਜਿਹਦੇ ਨਾਲ ਹੋਇਆ ਸੀ ਨਾ ਜਿਸ ਬੰਦੇ ਨਾਲ ਉਹ ਬੰਦੇ ਮੇਰੀ ਪਾੜ ਕੇ ਹੱਥੇ ਵਧਾ ਛੱਡੀ ਮੱਲੀ ਤੂੰ ਅੱਜ ਤੱਕ ਮੈਨੂੰ ਦੱਸਿਆ ਹੀ ਨਹੀਂ ਤੇਰੀ ਪਾਰਟੀ ਵੀ ਹੈ ਉਹ ਮਰੇ ਸੋਚ ਕੇ ਕਹਿੰਦੇ ਅੱਛਾ ਅੱਛਾ ਓਕੇ ਓਕੇ ਭੈਣ ਦੀ ਸੀਰੀ ਆ ਤੂੰ ਬਹੁਤ ਰਾਮੀ ਹੋ ਗਏ ਕਾਲਿਆ ਯਾਰ ਬੰਦਾ ਜ਼ਰੂਰੀ ਨਹੀਂ ਕਿ ਹੁਣ ਵਿਖਾਏ ਕਿਸੇ ਨੂੰ ਵੈਸੇ ਹੀ ਬੰਦਾ ਸੋ ਸਮਝ ਜਾਂਦਾ ਕਿ ਯਾਰ ਬੰਦਾ ਟੁੱਟਿਆ ਹੋਇਆ ਅੱਛਾ ਅੱਛਾ ਓਕੇ ਕਰ ਕਵੀਨ ਕੇ ਸਾਥ ਮੱਲੀ ਉੱਲ ਬੜੋਲੋਂ ਦੀ ਮਾਂ ਨੂੰ ਸਾਰੇ ਟਿਕਟੋਕ ਦਾ ਉਹ ਜਿਹੜਾ ਝੂਠ ਮਾਰੇ ਮੈਨੂੰ ਉਹਦੇ ਨਾਲ ਮਾਸਾ ਫੀਲਿੰਗ ਵੀ ਨਹੀਂ ਸੀ ਇਦੋਂ ਵੱਧ ਹੋਣਾ ਇਹ ਤੋਂ ਬਾਅਦ ਕਵੀਨ ਦਾ ਨਾਂ ਨਹੀਂ ਲੈਣਾ ਤੁਸੀਂ ਕੇਪੀ ਤੇਰੀ ਏਜ ਕਿੰਨੀ ਹੈ ਦੱਸ ਜੇ ਉਸ ਬੰਦੇ ਮੇਰਾ ਫਾਇਦਾ ਨਹੀਂ ਕੀਤਾ ਤੇ ਉਸ ਬੀਬੀ ਨੁਕਸਾਨ ਵੀ ਨਹੀਂ ਕੀਤਾ ਬਾਈ ਸੱਚੀ ਕਹਿ ਰਹੇ ਨਾਇਸ ਨਾਇਸ ਬੰਦਾ ਕਿਟੀ ਚਿਕਸ ਵੈਰੀ ਨਾਇਸ ਦੋਸਤ ਮੇਰਾ ਵਿਚਾਰੀ ਆਪ ਜ਼ਲੀਲ ਹੁੰਦੀ ਰਹਿੰਦੀ ਸੀ ਸਾਰੀ ਰਾਤ ਆਉਂਦੀ ਸੀ ਅੱਲਾ ਕਰੇ ਤੈਨੂੰ ਕੋਈ ਪਲੇ ਹੋ ਜੇ ਐਸਾ ਹੋਸਟ ਮੁਖਲਸ ਹੋਣਾ ਚਾਹੀਦਾ ਐਸਾ ਮੁਖਲਸ ਹੋਸਟ ਕਦੀ ਉਹਨੇ ਵੇਵਰਸ਼ਿਪ ਦਾ ਨਹੀਂ ਕਦੀ ਉਹਨੇ ਗਿਫਟਰ ਦੇ ਕਿਸੇ ਅਲਾ ਆਪਣੇ ਗਿਫਟਰਾਂ ਨੂੰ ਕਾਲਾ ਸਾਹਿਬ ਕੋਈ ਕਹਿ ਸਕਦਾ
ਮੈਨੂੰ ਖੁਦ ਮੈਸੇਜ ਕਰਦੇ ਸੀ ਬਿਲਾਲ ਮੈਂ ਆਪਣੇ ਗਿਫਟਰ ਨੂੰ ਬੋਲਿਆ ਤੈਨੂੰ ਇਨਸ਼ਾਅੱਲਾ ਸਪੋਰਟ ਕਰੇਗਾ ਤੂੰ ਪਰੇਸ਼ਾਨ ਨਾ ਹੋ ਬਰੋਡ ਤੇ ਦਿਲ ਨਹੀਂ ਹਾਰਨਾ ਤੂੰ ਹਿੰਮਤ ਕਰ ਕਿਟੀ ਚਿਕ ਸੈਸਾ ਬੰਦਾ ਹੀ ਗਿਫਟਰ ਹੀ ਹੋ ਜਿਹੜਾ ਟੁਰ ਫਿਰ ਕੇ ਖੇਡੇ ਹਾਂ ਜਿਹੜਾ ਇੱਕ ਤਾਂ ਚੱਡਿਆਂ 'ਚ ਵੜ ਕੇ ਭਾਵੇਂ 10 ਮਿਲੀਅਨ ਮਾਰੇ ਉਹ ਕੋਈ ਗਿਫਟਰ ਨਹੀਂ ਉਹ ਰਿਕਵਰ ਹੀ ਹੈ ਔਰ ਹੋਸਟਾਂ ਕੁੜੀਆਂ 'ਚ ਸਾਰਿਆਂ ਦੀ ਉਹ ਪਿਓ ਹੈ ਕਿਟੀ ਵੀਗੋ ਦਾ ਇੱਕ ਬੜਾ ਨਾਮ ਹੈ ਆਉਂਦਾ ਇਹ ਸਾਰੀਆਂ ਫਰਲੂ ਫੁਰਲਿਆਂ ਦੀ ਸਾਰੀਆਂ ਨੂੰ ਜਾਣਦੀ ਹੈ ਕੀ ਹੈ ਪਹਿਲੇ ਤੇ ਯਾਦ ਬੈਠਣਾ ਅਸਲਾਮੁ ਅਲੈਕਮ ਕਾਲਾ ਜੀ ਵਾਲੇਕਮ ਸਲਾਮ ਇਮਾਨ ਤੂੰ ਫੇਰ ਆਈਡੀ ਬਦਲ ਲਈ ਹੈ ਯਾਰ ਬਸ ਨਹੀਂ ਇਹ ਲੋਕ ਰਿਪੋਰਟਿੰਗ ਬਹੁਤ ਮਾਰਦੇ ਨੇ ਕਿਤੇ ਜਾਵੀਏ ਯਾਰ ਆਈਡੀਆਂ ਬੈਨ ਹੋ ਜਾਂਦੀਆਂ ਨੇ ਹਰ ਕੋਈ ਇੱਥੇ ਆ ਰਹੀ ਹੈ ਤੂੰ ਕਿੱਥੇ ਚੱਲੀ ਹੈ ਨਹੀਂ ਕੇਪੀ ਰਾਜਪੂਤ ਇਮਾਨ ਕਿਉਂ ਚਵਲਾ ਮਾਰਦਾ ਮੁੜਿਓ ਪਾਕਿਸਤਾਨ ਕਮਿਊਨਿਟੀ ਦਾ ਮੈਚ ਹੈ ਪਾਕਿਸਤਾਨ ਕਮਿਊਨਿਟੀ ਸਾਰੀ ਪਾਕਿਸਤਾਨ ਕਮਿਊਨਿਟੀ ਸਪੋਰਟ ਕਰੇ ਗਾਈਸ ਪਾਕਿਸਤਾਨ ਯਾਲਾ ਪਾਕਿਸਤਾਨ ਕਮਿਊਨਿਟੀ ਦਾ ਮੈਚ ਹੈ ਆ ਜਾਓ ਆ ਜਾਓ ਆ ਜਾਓ ਇਧਰ